ਨਾਲ ਤਾਂ ਤਕਦੀਰ ਸਵਾਲ ਇਹ ਆ ਕਿ ਕੋਨਰ ਮੈਕਡੇਵਿਡ ਕਿੰਨੇ ਪੁਆਇੰਟ ਬਣਾਊਗਾ ਇਸ ਸਾਲ ਕਿੰਨੇ ਪੁਆਇੰਟ ਬਣਾਊਗਾ ਜੇ ਆਪਾਂ ਇਹਦੇ ਪਿਛਲੇ ਸਾਲ ਦੇ ਅੰਕੜੇ ਦੇਖਦੇ ਹਾਂ ਰਦੀਪ ਜਿਹੜੇ ਨੇ 56 ਗੇਮਾਂ ਦੇ ਵਿੱਚ 105 ਪੁਆਇੰਟ ਬਣਾਏ ਸੀਗੇ ਮੈਨੂੰ ਲੱਗਦਾ ਜੇ ਉਸ ਰਫਤਾਰ ਨਾਲ ਜਾਵੇ ਇਹ 150 ਪੁਆਇੰਟ ਤੋਂ ਉੱਤੇ ਬਣਾ ਸਕਦਾ 154 ਪੁਆਇੰਟ ਬਣਾ ਸਕਦਾ ਸੀਜ਼ਨ ਦੇ ਜੇ ਇਹ ਉਸ ਰਫਤਾਰ ਨਾਲ ਜਾਵੇ ਦੇਖੋ ਅੱਜ ਦਾ ਗੋਲ ਸੀ ਕੋਨਰ ਮੈਕਡੇਵਿਡ ਦਾ ਪਹਿਲੀ ਦੋ ਗੇਮਾਂ ਛੋੜੇ 3 ਪੁਆਇੰਟ ਵੀ ਬਣਾ ਚੁੱਕਾ ਅਤੇ ਕਮਾਲ ਦਾ ਖਿਡਾਰੀ ਹੁਰਮਤ ਖਿਡਾਰੀ ਤਾਂ ਹੈਗਾ ਉਹ ਸਾਨੂੰ ਪਤਾ ਪੁਆਇੰਟ ਬਣਾਉਣ ਦਾ ਮਾਹਰ ਪਰ ਜੇ ਇਹ 19 ਪੁਆਇੰਟ ਬਣਾ ਜਾਵੇ ਇਹ ਇੰਨੇ ਵਧੀਆ ਖਿਡਾਰੀਆਂ ਦੇ ਨਾਲ ਇਹਦਾ ਨਾਂ ਸ਼ਾਮਿਲ ਹੋ ਜਾਣਾ ਜੋ ਕਿ ਪਹਿਲਾਂ ਹੀ ਹੋ ਚੁੱਕਾ ਪਰ ਜਿਹੜੇ ਕਮਾਲ ਦੇ ਖਿਡਾਰੀ ਆ ਉਹਨਾਂ ਦੇ ਨਾਲ ਇਹਦਾ ਨਾਂ ਸ਼ਾਮਿਲ ਹੋਣਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਹੜੇ ਜਿਸ ਤਰ੍ਹਾਂ ਲਮਿਊ ਗ੍ਰੈਟਸਕੀ ਆਇਜ਼ਮੈਨ ਉਹੀ ਖਿਡਾਰੀ ਹੈ ਜੇ ਅਸੀਂ ਪਿੱਛੇ ਦੇਖਦੇ ਹਾਂ 95-96 ਦੇ ਸੀਜ਼ਨ ਤੋਂ ਬਾਅਦ ਕਿਸੇ ਨੇ ਇੰਨੇ ਪੁਆਇੰਟ ਨਹੀਂ ਬਣਾਏ ਤਾਂ ਤੁਸੀਂ ਦੇਖ ਲਓ ਅੰਕੜੇ ਕਿਹਨਾਂ ਨੇ 150 ਪੁਆਇੰਟ ਤੋਂ ਉੱਤੇ ਬਣਾਏ ਆ ਇਹ ਖਿਡਾਰੀ ਨੇ ਮਹਾਨ ਖਿਡਾਰੀ ਐਨਐਚਐਲ ਦੇ ਇਤਿਹਾਸਕ ਖਿਡਾਰੀ ਉਹਨਾਂ ਦਾ ਮੈਨੂੰ ਲੱਗਦਾ ਕੋਨਰ ਮੈਕਡੇਵਿਡ ਸ਼ਾਮਿਲ ਹੋਗਾ ਕੀ ਬਾਤ ਜੀ ਸਟੀਵ ਆਇਜ਼ਮੈਨ ਮਾਰਕ ਲਮਿਊ ਅਤੇ ਵੇਨ ਗ੍ਰੈਟਸਕੀ ਬਰਨੀ ਨਿਕਲਸ ਦਾ ਨਾਂ ਵੀ ਇੱਥੇ ਜਾਂਦਾ ਪਰ ਨਾਲ ਦੇ ਨਾਲ ਬੜੇ ਕਮਾਲ ਦੀ ਗੱਲ ਹੈ ਦੇਖਦੇ ਹਾਂ ਜੇ ਇਸ ਸਾਲ ਕਰ ਸਕਦਾ ਤਾਂ ਦੇਖਦੇ ਰਹਿਣਾ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਦੂਜਾ ਪੀਰੀਅਡ ਅਸੀਂ ਲੈ ਕੇ ਆ ਰਹੇ ਹਾਂ ਬ੍ਰੇਕ